ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਨੀ ਵਾਰਡ ਨੰਬਰ 13 ਦੀ ਮੈਂ ਐਮਸੀ ਹਾਂ ਅੱਜ ਤੁਹਾਨੂੰ ਲਾਇਆ ਤੁਸੀਂ ਕੌਣ ਹਾਂਜੀ ਸਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਲੋਕੀ ਇੱਥੇ ਜਿਹੜੇ ਨੇ ਸਾਡੇ ਵਾਰਡ ਦੇ 50-55 ਸਾਲ ਤੋਂ ਰਹਿ ਰਹੇ ਨੇ ਹਾਂਜੀ ਪਰ ਸਾਡੇ ਨਾਲ ਜਦੋਂ ਵੀ ਦੇਖਦੇ ਕੋਈ ਸਰਕਾਰ ਬਦਲਦੀ ਆ ਤਾਂ ਸਾਡੇ ਨਾਲ ਇਹੀ ਧੱਕਾ ਕੀਤਾ ਜਾਂਦਾ ਪਹਿਲਾਂ ਸਾਨੂੰ ਮਤਲਬ ਜਦੋਂ ਕਾਂਗਰਸ ਸਰਕਾਰ ਸੀਗੀ ਅਕਾਲੀ ਸਰਕਾਰ ਸੀਗੀ ਕਦੇ ਵੀ ਮਤਲਬ ਸਾਡੇ ਤੇ ਇਦਾਂ ਦਾ ਪ੍ਰੈਸ਼ਰ ਨਹੀਂ ਪਾਇਆ ਕਿ ਘਰਾਂ ਦੇ ਵਿੱਚ ਆ ਕੇ ਸਾਨੂੰ ਇਹ ਗੱਲ ਕਹੀ ਹੋਵੇ ਕਿ ਤੁਸੀਂ ਘਰ ਖਾਲੀ ਕਰ ਦਿਓ ਠੀਕ ਹੈ ਨਾ ਹੁਣ ਸਾਨੂੰ ਆ ਕੇ ਇਹ ਗੱਲ ਕਹੀ ਗਈ ਕਿ ਸਾਨੂੰ 20 ਦਿਨ ਦੇ ਵਿੱਚ ਘਰ ਖਾਲੀ ਕੀਤੇ ਜਾਣ ਪਰ ਦੇਖੋ ਤੁਸੀਂ ਦੇਖੋ ਜਿਹੜੇ 50-55 ਸਾਲ ਤੋਂ ਇੱਥੇ ਲੋਕੀ ਰਹਿ ਰਹੇ ਨੇ ਕਿ ਉਹ ਇੱਕਦਮ ਕਿਵੇਂ ਖਾਲੀ ਕਰ ਦੇਣਗੇ ਸਰਕਾਰ ਨੂੰ ਇੰਨੀ ਤਾਂ ਸਮਝ ਹੋਣੀ ਚਾਹੀਦੀ ਆ ਕਿ ਗਰੀਬ ਲੋਕਾਂ ਨੂੰ ਜੇ ਉਠਾਉਣਾ ਹੀ ਆ ਪਹਿਲਾਂ ਉਹਨਾਂ ਨੂੰ ਕੋਈ ਨੋਟਿਸ ਨਹੀਂ ਆਇਆ ਸਾਡੇ ਕੋਲ ਮਤਲਬ ਇੱਕ ਵਾਰੀ ਹਫੜਾ ਦਫੜੀ ਮਚਾ ਕੇ ਚਲੇ ਗਏ ਜਿਸ ਦਿਨ ਹਫੜਾ ਦਫੜੀ ਮਚਾਈ ਆ ਉਸ ਦਿਨ ਲੋਕਾਂ ਦੇ ਮਤਲਬ ਹਾਰਟ ਰੁਕ ਗਏ ਕਈ ਤਾਂ ਕਿੰਨੇ ਬਿਮਾਰ ਹੋ ਗਏ ਇਹਨਾਂ ਨੇ ਇੱਕ ਵਾਰ ਵੀ ਸਾਡੀ ਆ ਕੇ ਬਾਤ ਨਹੀਂ ਪੁੱਛੀ ਕਿ ਕੀ ਗਰੀਬਾਂ ਦਾ ਕੀ ਬਣੂਗਾ ਕੀ ਨਹੀਂ ਬਣੂਗਾ ਕਿ ਸਾਡੇ ਨਾਲ ਇੰਨਾ ਹੀ ਧੱਕਾ ਹੋਊਗਾ ਪਰ ਜਦੋਂ ਹੁਣ ਕਾਂਗਰਸ ਸਰਕਾਰ ਦੇ ਕਰਨਵੀਰ ਪ੍ਰਧਾਨ ਬਣੇ ਸੀਗੇ ਉਹਨਾਂ ਨੇ ਚੰਨੀ ਸਰਕਾਰ ਵੱਲੋਂ ਮਾਲਕੀ ਹੱਕ ਦਾ ਕੀਤਾ ਸੀਗਾ ਜਿਹੜਾ ਬਸੇਰਾ ਸਕੀਮ ਆਈ ਸੀਗੀ ਉਹਦੇ ਨਾਲ ਸਰਵੇ ਕੀਤਾ ਗਿਆ ਸਰਵੇ ਨਾਲ ਵੀ ਮਤਲਬ ਸਾਨੂੰ ਮਾਲਕੀ ਹੱਕ ਦੇਣ ਦੇ ਪੂਰਾ ਵਿਸ਼ਵਾਸ ਹੋ ਗਿਆ ਬੋਰਡ ਵੀ ਲੱਗ ਗਏ ਮਾਲਕੀ ਹੱਕ ਦੇ ਸਾਡੇ ਕਿ ਹਾਂ ਸਾਨੂੰ ਤੁਹਾਨੂੰ ਦਿੱਤੇ ਜਾਣਗੇ ਮਾਲਕੀ ਹੱਕ ਪਰ ਹਜੇ ਤੱਕ ਸਾਨੂੰ ਕੋਈ ਮਾਲਕੀ ਹੱਕ ਨਹੀਂ ਦਿੱਤਾ ਗਿਆ ਕਿਉਂ ਨਹੀਂ ਦਿੱਤਾ ਗਿਆ ਬਾਕੀ ਪਾਸੇ ਤਾਂ ਦਿੱਤਾ ਗਿਆ ਖੰਨੇ ਦਿੱਤਾ ਗਿਆ ਲੁਧਿਆਣੇ ਦਿੱਤਾ ਗਿਆ ਜੋਧੇ ਵਾਲ ਬਸਤੀ ਪੱਕੀ ਕੀਤੀ ਗਈ ਸਾਡਾ ਵਾਰਡ ਦੇ ਨਾਲ ਕੀ ਹੋ ਗਿਆ ਕਿ ਇਹ ਜਗ੍ਹਾ ਸ਼ਹਿਰ ਦੇ ਵਿੱਚ ਮੇਨ ਆਉਂਦੀ ਆ ਪਰ ਸਰਕਾਰ ਵੀ ਸੁਣ ਲਵੇ ਸਾਰੇ ਜਿੰਨੇ ਵੀ ਵੱਡੇ ਵੱਡੇ ਤੋਂ ਵੱਡੇ ਬੰਦਾ ਵੀ ਆ ਇਹ ਸਾਰੇ ਇੱਕ ਗੱਲ ਮੰਨ ਕੇ ਚੱਲਣ ਇਹ ਮਹੱਲਾ ਕਦੇ ਖਾਲੀ ਨਹੀਂ ਹੋ ਸਕਦਾ ਇਹ ਮਹੱਲਾ ਸਾਡਾ ਇਹ ਸਾਡਾ ਆਪਣਾ ਸਾਡਾ ਪਰਿਵਾਰ ਆ ਇਹ ਨਾ ਇਹ ਛੱਡਿਆ ਨਾ ਇਹ ਛੱਡਣਗੇ ਨਾ ਇਹ ਕਦੇ ਛੱਡ ਸਕਦੇ ਆ ਮੌਜੂਦਾ ਐਮਐਲਏ ਸਾਹਿਬ ਆਏ ਸੀ ਉਹਨਾਂ ਵੱਲੋਂ ਕੀ ਕਿਹਾ ਗਿਆ ਉਹਨਾਂ ਨੇ ਵੀ ਇਹੀ ਗੱਲ ਕਹੀ ਸੀਗੀ ਕਿ ਆਪਾਂ ਸਟੇ ਲਵਾਂਗੇ ਕੇਸ ਲਾਵਾਂਗੇ ਠੀਕ ਹੈ ਨਾ ਕਿ ਆਪਾਂ ਇਹਨਾਂ ਜੋ ਵੀ ਖਰਚਾ ਹੋਊਗਾ ਮੈਂ ਕਰੂੰਗਾ ਫਿਰ ਅੱਜ ਧਰਨਾ ਲਾਉਣ ਦਾ ਕੀ ਮਕਸਦ ਹੈ ਧਰਨਾ ਲਾਉਣ ਦਾ ਦੇਖੋ ਸਾਡੀ ਕੋਈ ਹਜੇ ਤੱਕ ਸੁਣਵਾਈ ਨਹੀਂ ਹੋਈ ਹੈਗੀ ਸਾਡੇ ਕੋਲ ਆਉਣ ਜਾਂ ਤਾਂ ਮਤਲਬ ਜਿਹੜਾ ਵੀ ਆਉਂਦਾ ਆਪਣੀ ਅਸੀਂ ਇਹੀ ਮੰਗ ਕੀਤੀ ਆ ਕਿ ਸਾਡਾ ਜਿਵੇਂ ਸਰਵੇ ਹੋਇਆ ਉਹ ਸਰਵੇ ਦੇ ਅਕੋਰਡਿੰਗ ਸਾਨੂੰ ਉਹ ਸਾਡੇ ਘਰ ਦਿੱਤੇ ਜਾਣ ਮਾਲਕਾਂ ਨਾਲ ਹੱਕ ਦਿੱਤੇ ਜਾਣ ਇਹੀ ਸਾਡੀ ਮੰਗ ਆ ਇਹੀ ਅਸੀਂ ਕਹਿ ਰਹੇ ਹਾਂ ਸਾਨੂੰ ਹੋਰ ਕੋਈ ਨਹੀਂ ਹੈਗਾ ਦੇਖੋ ਸਾਡੇ ਵਾਰਡ ਦੇ ਬਾਕੀ ਵਾਰਡਾਂ ਦੇ ਵਿੱਚ ਸ਼ਹਿਰ ਦੇ 15 ਵਾਰਡ ਦੇ ਵਿੱਚ ਇੱਕ 13 ਨੰਬਰ ਵਾਰਡ ਇੱਦਾਂ ਦਾ ਵਾਰਡ ਆ ਜਿਹੜਾ ਗਰੀਬ ਭਾਈਚਾਰੇ ਦਾ ਵਾਰਡ ਆ ਟੋਟਲ ਕਿੰਨੇ ਘਰ ਨੇ ਜੀ ਮੁੱਲੇ ਤੇ 260 ਘਰ ਨੇ ਵੋਟ ਹੈਗੀ 1132 ਵੋਟਾਂ ਨੇ ਇਹਦੇ ਵਿੱਚ 3500 ਦੇ ਕਰੀਬ ਇੱਥੇ ਲੋਕੀ ਰਹਿੰਦੇ ਨੇ ਰਜਿਸਟਰੀ ਵਗੈਰਾ ਹੈਗੀ ਹੈ ਜੀ ਕੁਛ ਘਰਾਂ ਕੋਲ 44 ਹਾਂਜੀ ਇਹ ਹੈ ਨਾ ਬਹੁਤ ਦੇਰ ਪਹਿਲਾਂ ਮਤਲਬ ਹਾਂਜੀ ਅਕਾਲੀ ਸਰਕਾਰ ਦੇ ਵੇਲੇ 44 ਪਲਾਟ ਪੱਕੇ ਹੋਏ ਸੀਗੇ ਉਹਨਾਂ ਦੀ ਮੈਂ ਫਰਜ਼ ਵੀ ਕਢਵਾਈ ਹੋਈ ਆ ਮੇਰੇ ਕੋਲ ਪ੍ਰੂਫ ਵੀ ਹੈਗੇ ਨੇ ਉਹਨਾਂ ਦੇ ਠੀਕ ਹੈ ਓਕੇ ਸਰ ਇਹਨਾਂ ਦੇ ਕੋਈ ਪੰਚਾਇਤੀ ਸਰਕਾਰੀ ਜ਼ਮੀਨ ਤੇ ਕੋਈ ਇਹ ਕਾਫੀ ਦੇਰ ਤੋਂ ਕਾਬਜ਼ ਬੈਠੇ ਆ ਉਹ ਤੇ ਕੋਈ ਕੋਰਟ ਦਾ ਫੈਸਲਾ ਆਇਆ ਵੀ ਇਹਨਾਂ ਦਾ ਉੱਤੋਂ ਕਬਜ਼ਾ ਹਟਾਉਣ ਬਾਰੇ ਕਾਨੂੰਨ ਅਨੁਸਾਰ ਜੇ ਇਹਨਾਂ ਦੀ ਕਿਸੇ ਅਦਾਲਤ 'ਚ ਉਸ ਫੈਸਲੇ ਦੇ ਅਗੇਂਸਟ ਕੋਈ ਅਪੀਲ ਦਲੀਲ ਜਾਂ ਕੋਈ ਸਟੇਅ ਹੋਏਗੀ ਤੇ ਜਦੋਂ ਤੱਕ ਉਸ ਅਦਾਲਤ ਦਾ ਫੈਸਲਾ ਨਹੀਂ ਹੋ ਆਉਂਦਾ ਤਾਂ ਉਦੋਂ ਤੱਕ ਇਹਨਾਂ ਦੇ ਕਬਜ਼ਿਆਂ ਬਾਰੇ ਕਾਨੂੰਨ ਅਨੁਸਾਰ ਵਿਚਾਰ ਕਰਿਆ ਜਾਊਗਾ ਇਹਨਾਂ ਦਾ ਇਹ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਊਗਾ ਜੋ ਉੱਚ ਅਧਿਕਾਰੀਆਂ ਵੱਲੋਂ ਉੱਪਰੋਂ ਇਸ 'ਤੇ ਕੋਈ ਕਾਰਵਾਈ ਕਰਨ ਸੰਬੰਧੀ ਹੁਕਮ ਪ੍ਰਾਪਤ ਹੋਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਕਿੰਨੀ ਦੇਰ ਤੱਕ ਪਤਾ ਲੱਗ ਜਾਊਗਾ ਇਹ ਸਾਨੂੰ ਇਹ ਅਸੀਂ ਜਲਦੀ ਉਹ ਭੇਜ ਦਾਂਗੇ ਹੁਣ ਜਲਦੀ ਹੀ ਇਹ 'ਤੇ ਫੈਸਲਾ ਲਿਆ ਜਾਊਗਾ ਕਿਉਂਕਿ ਇਹਨਾਂ ਦਾ ਐਜੀਟੇਸ਼ਨ ਹੈ ਇਸ ਕਰਕੇ ਕਦੇ ਉਹਦੇ ਬਾਰੇ ਜਲਦੀ ਹੀ ਫੈਸਲਾ ਲੈਣਗੇ ਸਰ ਇਹਦੇ ਵਿੱਚ ਕੁਝ ਨਾ ਘਰਾਂ ਦੀ ਰਜਿਸਟਰੀ ਹੋਈ ਹੋਈ ਹੈ ਜੀ ਨੋਟਿਸ ਤਾਂ ਚਲੋ ਜਾਰੀ ਕਰਨਾ ਅਦਾਲਤ ਵੱਲੋਂ ਹੁਕਮ ਆਇਆ ਕਬਜ਼ਾ ਹਟਾਉਣ ਦਾ ਫੈਸਲਾ ਹੋ ਗਿਆ ਅਤੇ ਉਹ ਜਦੋਂ ਉਹਨਾਂ ਨੇ ਕਾਰਵਾਈ ਲਈ ਉੱਥੇ ਉਹ ਉਹਨਾਂ ਨੂੰ ਦੇ ਸਕਦੇ ਹਾਂ ਜਿਨ੍ਹਾਂ ਦੇ ਕੋਈ ਉਹਨਾਂ ਦੇ ਕੋਈ ਡਾਕੂਮੈਂਟਸ ਹੈਗੇ ਉਹ ਕਾਨੂੰਨ ਮੁਤਾਬਕ ਦੇਖਣਗੇ ਵੀ ਕਿਆ ਉਹਨਾਂ ਦੇ ਉਹ ਜਾਇਜ਼ ਨਜਾਇਜ਼ ਕੀ ਹੈ ਉਹਦੇ ਮੁਤਾਬਕ ਉਹਨਾਂ ਅਧਿਕਾਰੀਆਂ ਵੱਲੋਂ ਉਹ 'ਤੇ ਵਿਚਾਰ ਕਰਕੇ ਫੈਸਲਾ ਲਿਆ ਜਾਏਗਾ ਦੇਖੋ ਸਰਕਾਰ ਦੇ ਹੁਕਮਾਂ ਮੁਤਾਬਕ ਜਿੰਨੇ ਵੀ ਬੰਦੇ ਹੈਗੇ ਸਾਰਿਆਂ ਨੂੰ ਪੱਕੇ ਤੌਰ 'ਤੇ ਅਲਾਟਮੈਂਟਾਂ ਹੋਣਗੀਆਂ ਔਰ ਜਿੱਥੇ ਤੱਕ ਵੀ ਚਾਹੇ ਹਾਈ ਕੋਰਟ ਸੁਪਰੀਮ ਕੋਰਟ ਜਿੱਥੇ ਜਾਣਾ ਪਵੇ ਮੈਂ ਇਹਨਾਂ ਦੇ ਨਾਲ ਹਾਂ ਉੱਥੇ ਵੀ ਤੱਕ ਜਾਵਾਂਗੇ ਖਾਲੀ ਨਹੀਂ ਹੋਣ ਦਿੰਦੇ ਹੈਗੇ
ये लोग इत्थे ही रहेंगे, जो सरकार के हुक्म मुताबिक अलाटमेंट है उस हिसाब ना इन्होंने इतने अलाटमेंट करा के दी जाएगी। ਸੰਪਤੀ ਦੇ ਹੱਕ 'ਚ ਫੈਸਲਾ ਆਇਆ ਜੋ ਕੇਸ ਲਾਇਆ ਸੀ ਵੀ ਕੋਈ ਕਾਨੂੰਨੀ ਤੌਰ 'ਤੇ ਵੀ ਜਿਹੜੀ ਉਹ ਜ਼ਮੀਨ ਆ ਸਾਡੀ ਆ ਅਤੇ ਉਹ ਇਹਨਾਂ ਦੇ ਵਿਰੁੱਧ ਆਇਆ ਫੈਸਲਾ, ਉਹਦੇ ਸੰਬੰਧ 'ਚ ਅੱਜ ਧਰਨਾ ਲਾਇਆ ਸੀ ਅਤੇ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਚਲੋ ਜੋ ਕੁਛ ਵੀ ਹੋਇਆ ਵੱਖਰੀ ਗੱਲ, ਉਹਦੇ ਵਿੱਚ ਅਸਲ 'ਚ ਜੋ ਪਾਰਟੀ ਨੇ ਕੇਸ ਲਾਇਆ ਸੀਗਾ ਇੱਧਰੋਂ ਇਹਨਾਂ ਵੱਲੋਂ ਗਏ ਸੀਗੇ ਉਹਨਾਂ ਸਹੀ ਤਰੀਕੇ ਨਾਲ ਉੱਥੇ ਪਹੁੰਚੀ ਨਹੀਂ, ਅਦਾਲਤ 'ਚ ਗਏ ਹੀ ਨਹੀਂ ਹੈਗੇ ਅਤੇ ਆਹ ਕਾਰਵਾਈ ਆ ਜਿਹੜੀ ਇਹਨਾਂ ਦੇ ਵਿਰੁੱਧ ਫੈਸਲਾ ਹੋਇਆ ਅਤੇ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਮੇਰੇ ਭਰਾ ਤੁਸੀਂ ਸਭ ਤੋਂ ਪਹਿਲੀ ਗੱਲ ਤਾਂ ਹੈਗੀ ਜੋ ਹੁਕਮ ਨੇ ਉਹਦਾ ਸਟੇ ਲਵਾਉਂਗੇ ਸੀ ਛੇਤੀ ਜਾ ਕੇ ਜੋ ਕੁਛ ਵੀ ਆ, ਅਤੇ ਬਾਕੀ ਮੈਂ ਬੇਨਤੀ ਕਰੂੰਗਾ ਜਿੰਨੀਆਂ ਵੀ ਹੋਰ ਰਾਜਨੀਤਿਕ ਪਾਰਟੀਆਂ ਜੋ ਵੀ ਹੈਗੀਆਂ ਨੇ ਵੀ ਸਾਰੇ ਰਲ ਕੇ ਆਪਾਂ ਇਹਨਾਂ ਜੋ ਵੀ ਇਸ ਟਾਈਮ ਜਿਸ ਵੀ ਮੁਸੀਬਤ ਨੇ ਆਪਾਂ ਬਾਹਰ ਕੱਢਣਾ, ਇਹਨਾਂ ਨੂੰ ਕੋਈ ਸਿਆਸਤ ਨਹੀਂ ਕਰਨੀ ਹੈਗੀ, ਕਿਉਂਕਿ ਜੇ ਆਪਾਂ ਦੇਖਿਆ ਜਾਵੇ ਆਮ ਆਦਮੀ ਪਾਰਟੀ ਦਾ ਸਿਰਫ 2 ਮਹੀਨੇ ਹੋਏ ਨੇ ਅੱਜ ਨੂੰ, ਇਹ ਜਿਹੜੇ ਫੈਸਲੇ ਜੇ ਸੰਮਤੀ ਫੈਸਲੇ ਨੇ ਤਾਂ ਜੇ ਸੰਮਤੀ ਮੈਂਬਰਾਂ ਨੇ ਕਿਉਂ ਮਤਾ ਨਹੀਂ ਪਾਇਆ ਕੋਈ, ਕਿਉਂਕਿ ਸਾਡਾ ਤਾਂ ਕੋਈ ਸੰਮਤੀ ਮੈਂਬਰ ਹੈ ਨਹੀਂ, ਉਹਨਾਂ ਦੇ ਮੈਂਬਰਾਂ ਨੇ ਜਿਹੜੇ ਮੈਂਬਰ ਨੇ ਚਾਹੇ ਅਕਾਲੀ ਦਲ ਜਾਂ ਕਾਂਗਰਸ ਜੇ ਹੈਗਾ ਸੀ, ਹੁਣ ਜਿਵੇਂ ਪਿੱਛੇ ਜੇ ਗੱਲ ਹੋਈ ਆ ਵੀ ਅਲਾਟਮੈਂਟ ਦੀ, ਖੁਦ ਪਰਮਜੀਤ ਢਿੱਲੋਂ ਨੇ ਕਿਹਾ, ਮੈਂ ਆਪਣੇ ਭਰਾ ਨੂੰ ਵੀ ਪੁੱਛਣਾ ਚਾਹੁੰਦਾ ਵੀ ਨਹੀਂ ਪੁੱਛਣਾ ਚਾਹੁੰਦਾ ਵੀ ਤੁਹਾਡੀਆਂ ਸਰਕਾਰਾਂ ਵੱਖ ਵੱਖ ਟਾਈਮ ਰਹੀਆਂ ਨੇ, ਜੇ ਬਾਕੀ ਤੁਹਾਡੇ ਮਨ 'ਚ ਵੀ ਦਰਦ ਦੀ ਤਾਂ ਅਲਾਟਮੈਂਟ ਉਸ ਟਾਈਮ ਕਰਵਾ ਦਿੰਦੇ, ਸਾਨੂੰ ਤਾਂ ਇਹ 2 ਮਹੀਨੇ ਫੈਸਲਾ ਵੀ ਹੈ ਜਿਹੜਾ ਇਹ ਹੁਣ ਆਇਆ ਪਿਛਲਾ ਕੇਸ ਚੱਲਦਾ, ਅਤੇ ਨਾਲ ਦੀ ਨਾਲ ਇਹੀ ਕਹੂੰਗਾ ਵੀ ਇਹਨਾਂ ਨੂੰ ਜੋ ਵੀ ਬਣਦਾ ਇਹਨਾਂ ਦਾ ਹੱਕ ਆ ਉਸੇ ਲੈ ਕੇ ਦੂੰਗੇ, ਜਿਵੇਂ ਕਿ ਪੁਰਾਣੀਆਂ ਸਰਕਾਰਾਂ ਰਹੀਆਂ ਕੋਈ ਅਲਾਟਮੈਂਟ ਦਵਾ ਨਹੀਂ ਸਕੀਆਂ, ਜੋ ਕਿ ਵਾਅਦੇ ਕਰਕੇ ਚਲੇ ਜਾਂਦੇ ਸੀ ਚੋਣਾਂ ਵਾਸਤੇ ਜੋ ਵੋਟਾਂ ਲੈ ਕੇ ਚਲ ਜਾਂਦੇ ਸੀ, ਹੁਣ ਆਈ ਆਮ ਆਦਮੀ ਪਾਰਟੀ, ਹੁਣ ਇਹਨਾਂ ਨੂੰ ਉਮੀਦ ਸਿਰਫ ਆਮ ਆਦਮੀ ਪਾਰਟੀ ਸਰਕਾਰ 'ਤੇ ਹੈ, ਤੁਸੀਂ ਹੁਣ ਇਹਨਾਂ ਨੂੰ ਜੋ ਇਹਨਾਂ ਦੇ ਅਲਾਟਮੈਂਟ ਕਰਵਾਓਗੇ? ਦੇਖੋ ਮੈਂ ਸਾਫ਼ 'ਤੇ ਰਾਜਨੀਤੀ ਨਹੀਂ ਕਰੂੰਗਾ, ਕਾਨੂੰਨ